ਗੱਲ ਜੀ ਮੇਰੇ ਨਾਲ ਆ ਚੁੱਕੇ ਨੇ ਜਸ਼ਨਪ੍ਰੀਤ ਸਿੰਘ ਜਿਹੜੇ ਕਿ ਰੋਪੜ ਤੋਂ ਬਿਲੋਂਗ ਕਰਦੇ ਨੇ ਫਾਈਨਲੀ ਵੀਜ਼ਾ ਆ ਚੁੱਕਿਆ ਅੱਜ ਵੀਜ਼ਾ ਲੈਣ ਮੋਹਾਲੀ ਹੈੱਡ ਆਫਿਸ 'ਚ ਪਹੁੰਚ ਚੁੱਕੇ ਨੇ ਪਹਿਲਾਂ ਵੀਜ਼ਾ ਹੈਂਡਓਵਰ ਕਰਦੇ ਆ ਫਿਰ ਬਾਕੀ ਦੀ ਡਿਸਕਸ਼ਨ ਕਰਦੇ ਆ ਜਸ਼ਨ ਨਾਲ ਜਸ਼ਨ ਕੰਗ੍ਰੈਚੁਲੇਸ਼ਨਸ ਥੈਂਕ ਯੂ ਸਰ ਐਕਸਾਈਟਿਡ ਹੋ ਹਾਂਜੀ ਵੀਜ਼ਾ ਲੱਗ ਗਿਆ ਕਿੰਨਾ ਟਾਈਮ ਲੱਗ ਗਿਆ ਵੀਜ਼ਾ ਲੈਂਦੇ ਲੈਂਦੇ ਜਸ਼ਨ ਸਰ 3 ਮਹੀਨੇ ਦੇ ਵਿੱਚ ਲੱਗ ਗਿਆ ਜੀ 3 ਮਹੀਨੇ ਦੇ ਵਿੱਚ ਹੀ ਆ ਗਿਆ ਦੈਟਸ ਰੀਲੀ ਗ੍ਰੇਟ ਕਿਹੜੇ ਕਾਲਜ ਲਈ ਸਰ ਸੇਂਟ ਕਲੇਅਰ ਕਾਲਜ ਐਚਆਰਐਮ ਕੋਰਸ ਮੈਂ ਇਨਟੇਕ ਓਕੇ ਸੇਂਟ ਕਲੇਅਰ ਕਾਲਜ ਤੁਹਾਡੀ ਇੰਡੀਆ ਦੇ ਵਿੱਚ ਕੀ ਪ੍ਰੋਫਾਈਲ ਸੀ ਰਜੇ ਸਰ ਮੈਂ ਰੀਸੈਂਟਲੀ ਗ੍ਰੈਜੂਏਸ਼ਨ ਕਰੀ ਸੀ 54% ਨਾਲ ਓਕੇ ਤੇ 2019 ਦੇ ਵਿੱਚ ਪਾਸ ਆਊਟ ਸੀ ਓਕੇ ਤੇ ਆਈਲੈਟਸ ਸਕੋਰ 6.5 ਨਾਟ ਲੈਸ ਦੈਨ 6 ਓਕੇ ਤੇ ਜਿਵੇਂ ਥੋੜੀ ਪਰਸੈਂਟੇਜ ਅਕੈਡਮਿਕ ਲੋ ਹੋ ਗਏ ਸੀਗੇ ਡਰ ਤਾਂ ਨਹੀਂ ਸੀ ਬਣਿਆ ਡਰ ਤਾਂ ਸਰ ਹੈ ਜੀ ਹਾਂ ਤੇ ਕਿਸ ਤਰ੍ਹਾਂ ਚੂਜ਼ ਕੀਤਾ ਕਾਲਜ ਪ੍ਰੋਗਰਾਮ ਤੁਸੀਂ ਚੂਜ਼ ਕੀਤਾ ਜਾਂ ਲੈਂਡਮਾਰਕ ਇਮੀਗ੍ਰੇਸ਼ਨ ਨਹੀਂ ਸਰ ਕਾਲਜ ਥੋੜੀ ਜਿਹੀ ਮੇਰੀ ਵੀ ਰਾਏ ਸੀ ਤੇ ਲੈਂਡਮਾਰਕ ਇਮੀਗ੍ਰੇਸ਼ਨ ਮਨਦੀਪ ਮੈਮ ਤੇ ਮਨੀਸ਼ਾ ਮੈਮ ਮੇਰੇ ਕਾਉਂਸਲਰ ਸੀ ਇਹਨਾਂ ਨੇ ਬਹੁਤ ਹੈਲਪ ਕਰੀ ਮੈਨੂੰ ਓਕੇ ਤੇ ਇਹਨਾਂ ਨੇ ਵਧੀਆ ਗਾਈਡੈਂਸ ਦਿੱਤੀ ਥੋੜੇ ਡਰ ਤਾਂ ਵੀ ਸੀ ਮੇਰੇ ਪਹਿਲਾਂ ਵੀ ਰਿਫਿਊਜ਼ਲ ਸੀ ਅੱਛਾ ਇੱਕ ਵਾਰ ਰਿਫਿਊਜ਼ਲ ਸੀ ਪਹਿਲਾਂ ਨਹੀਂ ਇੱਕ ਵਾਰੀ ਕੈਨੇਡਾ ਦਾ ਸੀ ਤੇ 2 ਵਾਰੀ ਅਮਰੀਕਾ ਦਾ ਸੀ ਮੇਰਾ ਓ ਤੇ ਫਿਰ ਬਹੁਤ ਸਾਰਾ ਡਰ ਬਣਿਆ ਹੋਣਾ ਡਰ ਤਾਂ ਬਹੁਤ ਸੀ ਬਟ ਸਰ ਲੈਂਡਮਾਰਕ ਨੇ ਵਧੀਆ ਕਰਤਾ ਤਾਂ ਆਲਰੇਡੀ ਮੈਂ ਇਹ ਕਹਿਣਾ ਚਾਹੁੰਦਾ ਇਹ ਮੈਸੇਜ ਆ ਜਸ਼ਨ ਵੱਲੋਂ ਜੇ ਤੁਹਾਡਾ ਰਿਫਿਊਜ਼ਲ ਆਇਆ ਹੋਇਆ ਵਾ ਕੈਨੇਡਾ ਤੋਂ ਜੇ ਤੁਸੀਂ ਰਿਫਿਊਜ਼ਡ ਹੋ USA ਤੋਂ ਜਾਂ ਕਿਸੇ ਵੀ ਕੰਟਰੀ ਤੋਂ ਯੈਸ ਤੁਸੀਂ ਵੀ ਵੀਜ਼ਾ ਪ੍ਰਾਪਤ ਕਰ ਸਕਦੇ ਹੋ ਜਿੱਦਾਂ ਜਸ਼ਨ ਨੇ ਲਿਆ ਵਾ ਡਿਸੀਜਨ ਲੈਣ ਦੀ ਲੋੜ ਆ ਅੱਗੇ ਨਿਕਲਣ ਦੀ ਲੋੜ ਆ ਜੇ ਇੱਕ ਰਿਫਿਊਜ਼ਲ ਆ ਚੁੱਕੀ ਹੈ ਇਟ ਡਸਨਟ ਮੀਨ ਕਿ ਦੁਨੀਆ ਖਤਮ ਹੋ ਚੁੱਕੀ ਹੈ ਹੁਣ ਦੁਬਾਰਾ ਵੀਜ਼ਾ ਨਹੀਂ ਲੱਗ ਸਕਦਾ ਤੁਸੀਂ ਵੀ ਆਪਣਾ ਰੀਫਾਈਲਿੰਗ ਦੇ ਵਿੱਚ ਦੁਬਾਰਾ ਵੀਜ਼ਾ ਕੱਢ ਸਕਦੇ ਹੋ ਪਹਿਲਾਂ ਜਿਹੜਾ ਕੈਨੇਡਾ ਰਿਫਿਊਜ਼ ਹੋਇਆ ਸੀ ਕਿਹੜੇ ਕਾਲਜ 'ਚ ਹੋਇਆ ਸੀ ਸਰ KPU ਯੂਨੀਵਰਸਿਟੀ ਸੀ ਯੂਨੀਵਰਸਿਟੀ 'ਚ ਰਿਫਿਊਜ਼ ਹੋ ਗਿਆ ਸੀਗਾ ਓਕੇ ਮਾਈਟ ਬੀ ਚੰਗੇ ਡਾਕੂਮੈਂਟੇਸ਼ਨ ਦੇ ਨਾਲ ਮੈਨੂੰ ਲੱਗਦਾ ਨਹੀਂ ਫਾਈਲ ਅਪ ਹੋਇਆ ਜਿਵੇਂ ਇਸ ਵਾਰੀ ਤਾਂ ਸਾਰੀ ਸੀਏ ਰਿਪੋਰਟ ਐਫੀਡੈਵਿਟ ਵਗੈਰਾ ਲੈਂਡਮਾਰਕ ਨੇ ਹਰ ਇੱਕ ਪੱਖ ਤੋਂ ਮਤਲਬ ਵਧੀਆ ਫਾਈਲ ਤਿਆਰ ਕਰੀ ਹੈ ਡਾਕੂਮੈਂਟੇਸ਼ਨ ਪਹਿਲਾਂ ਮੈਂ ਲਾਈ ਸੀ ਸਰ ਉਹ ਮਤਲਬ ਸਿੰਪਲ ਇਸ ਜੋ ਵੀ ਡਾਕੂਮੈਂਟ ਸਟੱਡੀ ਵਾਲੇ ਸਿਰਫ ਉਹੀ ਲੱਗੇ ਸੀ ਸਿਰਫ ਉਹੀ ਲੱਗੇ ਸੀ ਸੋ ਬਿਲਕੁਲ ਡਾਕੂਮੈਂਟੇਸ਼ਨ ਬਹੁਤ ਮੈਟਰ ਕਰਦੇ ਜਿੰਨੇ ਵੀ ਤੁਹਾਡੇ ਡਾਕੂਮੈਂਟ ਸਪੋਰਟਿੰਗ ਡਾਕੂਮੈਂਟਸ ਹੁੰਦੇ ਨੇ ਤੁਹਾਡੀ ਵਰਥ ਸ਼ੋ ਕਰਦੇ ਨੇ ਔਰ ਤੁਹਾਡੀ ਵਰਥ ਦੇ ਉੱਤੇ ਹੀ ਤੁਹਾਡਾ ਵੀਜ਼ਾ ਲੱਗਦਾ ਕਿਉਂਕਿ ਅੱਜ ਅਸੀਂ ਮੰਗ ਰਹੇ ਕੈਨੇਡਾ ਹਾਈ ਕਮਿਸ਼ਨ ਤੋਂ ਸਟੂਡੈਂਟ ਵੀਜ਼ਾ ਔਰ ਸਟੂਡੈਂਟ ਵੀਜ਼ਾ ਤਾਂ ਹੀ ਲੱਗੇਗਾ ਜੇ ਸਾਡੇ ਕੋਲ ਸਾਡੀ ਵਰਥ ਹੈ ਸਾਡੀ ਪਾਕਟ ਅਲਾਓ ਕਰਦੀ ਹੈ ਕਿ ਅਸੀਂ ਬਾਹਰ ਪੜ੍ਹ ਸਕਦੇ ਹਾਂ ਉਹ ਕਿਸ ਤਰ੍ਹਾਂ ਲੱਗਦੀ ਹੈ ਸਾਡੇ ਬੈਂਕ ਬੈਲੈਂਸ ਤੋਂ ਉਹ ਕਿਸ ਤਰ੍ਹਾਂ ਦਿਖਦੀ ਸਾਡੇ ਪ੍ਰਾਪਰਟੀ ਵੈਲੂਏਸ਼ਨਸ ਤੋਂ ਤੁਹਾਡੇ CA ਰਿਪੋਰਟ ਤੋਂ ਨੈੱਟ ਵਰਥ ਨਿਕਲ ਕੇ ਆਉਂਦੀ ਹੈ ਜਿਹਦੇ ਸਦਕਾ ਜਸ਼ਨ 3 ਰਿਫਿਊਜ਼ਲ ਬਾਅਦ ਵੀ ਅੱਜ ਵੀਜ਼ਾ ਲਿਆ ਖੁਸ਼ੀ ਦਾ ਮੌਕਾ ਹੈ ਪੂਰਾ ਹੈ ਪਾਰਟੀ ਹੈ ਘਰ 'ਚ ਫਿਰ ਹੈ ਸੋ ਗ੍ਰੇਟ ਸੋ ਥੈਂਕ ਯੂ ਵੈਰੀ ਮੱਚ ਜਸ਼ਨ ਐਂਡ ਬੈਸਟ ਆਫ ਲੱਕ ਫੋਰ ਯੋਰ ਫਿਊਚਰ ਇਨ ਕੈਨੇਡਾ ਥੈਂਕ ਯੂ ਓਕੇ ਸਰ ਥੈਂਕ ਯੂ